25 सेकंड ਵਿੱਚ ਤਾਂ ਐ ਸਫਾਇਆ ਹੀ ਕਰਤਾ ਵੀ ਪਤਾ ਹੀ ਨਹੀਂ ਲੱਗਿਆ ਵੀ ਕੀ ਕੁਝ ਹੋ ਗਿਆ। ਚੱਕਰਵਾਤ ਤੂਫਾਨ ਦੀ ਮਾਰ ਚੱਲ ਚੁੱਕਿਆ ਫਾਜ਼ਿਲਕਾ ਦੇ ਸਰਹੱਦੀ ਪਿੰਡ ਬਕੈਣ ਵਾਲਾ ਦੇ ਲੋਕ ਅੱਜ ਆਪਣੇ ਆਸ਼ਿਆਨੇ ਦੇ ਬਿਖਰੇ ਹੋਏ ਸੁਪਨਿਆਂ ਨੂੰ ਇਕੱਠਾ ਕਰਦੇ ਨਜ਼ਰ ਆਏ। ਮਲਵੇ ਵਿੱਚ ਦਬ ਚੁੱਕੇ ਗਰੀਬਾਂ ਦੇ ਘਰਾਂ ਦੇ ਸਮਾਨ ਨੂੰ ਇੱਕ ਇੱਕ ਕਰ ਬਾਹਰ ਕੱਢਿਆ ਗਿਆ, ਪਰ ਜੋ ਸਮਾਨ ਮਲਵੇ ਹੇਠੋਂ ਕੱਢਿਆ ਗਿਆ ਉਹ ਟੁੱਟ ਚੁੱਕਾ ਸੀ। ਛੋਟੇ ਛੋਟੇ ਬੱਚਿਆਂ ਦੇ ਨਾਲ ਚੱਕਰਵਾਤੀ ਤੂਫਾਨ ਤੋਂ ਬਾਅਦ ਟੈਂਟਾਂ ਵਿੱਚ ਜ਼ਿੰਦਗੀ ਕੱਟ ਰਹੇ ਪੀੜਤ ਪਰਿਵਾਰਾਂ ਨੇ ਟੁੱਟੇ ਸਮਾਨ ਨੂੰ ਟੈਂਟਾਂ ਵਿੱਚ ਰੱਖ ਲਿਆ। ਪਿੰਡ ਵਿੱਚ ਇਹਨਾਂ ਹਾਲਾਤ ਦਾ ਜਾਇਜ਼ਾ ਲੈਣ ਦੇ ਲਈ ਮੌਸਮ ਵਿਭਾਗ ਦੀ ਇੱਕ ਟੀਮ ਪਿੰਡ ਵਿੱਚ ਮੁਆਇਨਾ ਕਰਦੀ ਦਿਖਾਈ ਦਿੱਤੀ। ਇਸ ਮੌਕੇ 'ਤੇ ਇਹਨਾਂ ਗਰੀਬ ਪਰਿਵਾਰਾਂ ਦਾ ਕਹਿਣਾ ਹੈ ਕਿ ਕੁਦਰਤ ਦੇ ਕਹਿਰ ਵਿੱਚ ਉਹਨਾਂ ਦਾ ਸਾਰਾ ਕੁਝ ਬਰਬਾਦ ਹੋ ਗਿਆ। ਮੌਸਮ ਵਿਭਾਗ ਦੀ ਟੀਮ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਵਿਗਿਆਨਕ ਤਕਨੀਕ ਦੇ ਨਾਲ ਇਸ ਦੀ ਖੋਜ ਕਰ ਰਹੇ ਹਨ ਕਿ ਇਸ ਖੇਤਰ ਅੰਦਰ ਇਸ ਤਰ੍ਹਾਂ ਦਾ ਤੂਫਾਨ ਕਿਹਨਾਂ ਹਾਲਾਤ ਦੇ ਵਿੱਚ ਆਇਆ ਹੈ। ਉਹਨਾਂ ਕਿਹਾ ਕਿ ਉਹ ਜਾਂਚ ਕਰ ਰਹੇ ਹਨ। ਇਸ ਮੌਕੇ ਤਹਿਸੀਲਦਾਰ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਪਿੰਡ ਦੇ 58 ਘਰ ਇਸ ਤੂਫਾਨ ਦੀ ਭੇਟ ਚੜ੍ਹੇ ਹਨ ਅਤੇ ਫਸਲਾਂ ਦੇ ਖਰਾਬੇ ਲਈ ਮੁਆਇਨਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਹੈ ਕਿ ਪ੍ਰਸ਼ਾਸਨ ਵੱਲੋਂ ਟੀਮਾਂ ਬਣਾਈਆਂ ਗਈਆਂ ਹਨ ਜੋ ਇਹ ਕੰਮ ਸਿਰੇ ਚਾੜ ਰਹੀਆਂ ਹਨ। ਤੂਫਾਨ ਆਇਆ ਉਸ ਤਰ੍ਹਾਂ ਉਸ ਟਾਈਮ ਤਾਂ ਇਸ ਤਰ੍ਹਾਂ ਲੱਗ ਰਿਹਾ ਸੀ, ਇੱਥੇ ਲੜਕਾ ਖੜਾ ਸੀ, ਜਦੋਂ ਆਹ ਕਮਰੇ ਦਾ ਗੇਟ ਇਹਨਾਂ ਨੇ ਦੇਖਿਆ, ਮੁੰਡੇ ਨੇ ਕਹਿੰਦੇ ਦੇਖੋ ਕੀ ਭੰਬਾਲ ਆ ਗਿਆ। ਇਹਨਾਂ ਦੇਖਦਿਆਂ ਸਾਰ ਹੀ ਇੱਧਰ ਕਮਰੇ ਵੱਲ ਭੱਜੇ, ਆਹ ਕਮਰੇ ਗੇਟ 'ਚ ਆ ਕੇ ਐਂਟਰੀ ਕੀਤੀ ਹੈ। ਦੋ ਜਣੇ ਦੋ ਬਾਹਰ ਰਹਿ ਗਏ, ਇੱਕ ਵੱਡਾ ਬੇਟਾ ਅੰਦਰ ਬੈਠਾ ਸੀ। ਇਹਨਾਂ ਨੂੰ ਗੇਟ ਲਾਉਣ ਦੀ ਫੁਰਸਤ ਨਹੀਂ ਮਿਲੀ ਵੀ ਇੰਨੀ ਦੇਰ 'ਚ ਹੀ ਇੱਥੇ ਆ ਕੇ ਉਹਨਾਂ ਨੇ 25 ਸਕਿੰਟ ਵਿੱਚ ਤਾਂ ਇਹ ਸਫਾਇਆ ਹੀ ਕਰਤਾ ਵੀ ਪਤਾ ਹੀ ਨਹੀਂ ਲੱਗਿਆ ਵੀ ਕੀ ਕੁਛ ਹੋ ਗਿਆ। ਕੀ ਨੁਕਸਾਨ ਕੀ ਹੋਇਆ ਜੀ ਤੁਹਾਡਾ? ਨੁਕਸਾਨ ਜੀ ਸਾਡੇ ਦੋ ਕਮਰੇ, ਇੱਕ ਛੇਡ, ਜੋ ਮਟੀਰੀਅਲ ਬਣਿਆ ਸੀ ਇਹਦੇ 'ਚ ਦੇਖ ਲਓ ਤੁਸੀਂ ਆਪ ਹੀ ਵੀ ਸਫਾਇਆ ਹੀ ਕਰਤਾ, ਕੋਈ ਚੀਜ਼ ਹੀ ਨਹੀਂ ਰਹੀ ਇਹਦੇ 'ਚ। ਕਮਰੇ 'ਚ 5 ਜਣੇ ਸੀ। ਅੱਛਾ, ਜੇ 3 ਮਜ਼ਦੂਰ ਸੀ, 2 ਮੇਰੇ ਬੇਟੇ ਸੀ। ਅੱਛਾ, ਜੇ ਨਾ ਕਿਧਰੇ ਕਮਰਾ ਹੁੰਦਾ ਜਾਂ ਕਿਸ ਤਰ੍ਹਾਂ ਦਾ? ਫਿਰ ਤਾਂ ਜੀ ਰਿਹਾ ਹੀ ਕੁਛ ਨਹੀਂ ਸੀ। ਇਸ ਤੋਂ ਪਹਿਲੇ ਵੀ ਮੇਰੇ ਦੋਨਾਂ ਬੇਟਾਂ ਦੇ, ਇੱਕ ਦੇ 3 ਵਾਰੀ ਐਕਸੀਡੈਂਟ ਹੋਇਆ, ਜਿਹੜਾ ਇਹ ਫੈਕਟਰੀ ਯੂਜ ਕਰ ਰਿਹਾ ਉਹਦਾ ਵੀ ਐਕਸੀਡੈਂਟ ਹੋਇਆ ਹੋਇਆ। ਇਹ ਜਗ੍ਹਾ ਵੇਚ ਕੇ, ਰੋਟੀ ਖਾਣ ਦੀ ਪਿਆਲੀ ਵੇਚ ਕੇ, ਇਹ ਬੱਚਿਆਂ ਨੂੰ ਸਟੈਂਡ ਹੋਣ ਵਾਸਤੇ ਵੀ ਇਹ ਕੁਛ ਨਹੀਂ ਕਾਰੋਬਾਰ ਕਰ ਸਕਦੇ ਸੀ, ਤਾਂ ਇਹਨਾਂ ਵਾਸਤੇ ਕੀਤਾ ਸੀ। ਅੱਜ ਇਹਦੇ ਤੋਂ ਵੀ ਮਾਲਕ ਨੇ ਫਿਰ ਉਸੇ ਜਗ੍ਹਾ 'ਤੇ ਲੈ ਆਏ। ਪੁੱਤਰ ਹੌਸਲਾ ਤਾਂ ਨਹੀਂ ਹੁੰਦਾ, ਪਰ ਫਿਰ ਵੀ ਸ਼ੁਕਰ ਆ ਉਸ ਮਾਲਕ ਦੀ ਜਿਹਨੇ ਮੇਰੇ ਬੱਚਿਆਂ ਦੀ ਜ਼ਿੰਦਗੀ ਬਖਸ਼ਤੀ। ਇਹ ਚੀਜ਼ਾਂ ਤਾਂ ਤੁਹਾਡੇ ਵਰਗੇ ਆਸਰਾ ਦੇ ਦੇਣਗੇ, ਫਿਰ ਬਣ ਜਾਣਗੀਆਂ। ਬੱਚੇ ਨਹੀਂ ਮਿਲਦੇ ਸੀ ਮੇਰੇ ਕਿਧਰੇ ਵੀ, ਮੈਂ ਇਸ ਗੱਲ ਦੀ ਤੁਹਾਡੀ ਬਹੁਤ ਬਹੁਤ ਮਿਹਰਬਾਨੀ। ਜੇ ਸਾਨੂੰ ਕੋਈ ਸਹਾਇਤਾ ਮਿਲੇਗੀ ਬਹੁਤ ਤੁਹਾਡੀ ਮਿਹਰਬਾਨੀ ਹੋਏਗੀ, ਵੀ ਅੱਜ ਬੱਚੇ ਆਪਦੇ ਸਟੈਂਡ 'ਤੇ ਹੋ ਜਾਣਗੇ, ਰੋਟੀ ਖਾਣ ਜੋਗੇ ਹੋ ਜਾਣਗੇ। ਆਹ ਛੋਟੇ ਛੋਟੇ ਬੱਚੇ ਪੋਤਰੇ ਦੇਖੋ ਕਿਵੇਂ ਕਰ ਰਹੇ ਵਿਚਾਰੇ, ਇਹਨਾਂ ਦੀ ਵੀ ਪੜ੍ਹਾਈ ਵੱਲ। ਅੱਜ ਮੇਰੇ ਬੇਟਾ ਦਿਲ ਨਹੀਂ ਬੰਨਿਆ ਜਾਂਦਾ। ਦਸ ਰੁਪਏ ਦੀ ਦਿਹਾੜੀ ਵਾਸਤੇ ਲੱਗੇ ਹੋਏ ਸੀ, ਅੱਜ ਉਹਨਾਂ ਦੇ ਵਾਸਤੇ ਕੁਛ ਬਣ ਜਾਂਦਾ ਤੇ ਅਸੀਂ ਕਿੱਥੋਂ ਭਰਦੇ? ਉਹ ਵਿਚਾਰੇ ਦਿਹਾੜੀਦਾਰ ਸੀ, ਆਹ ਮੁੰਡੇ ਖੜੇ, ਆਹ ਤਿੰਨੇ ਚਾਰੇ ਆਪਣੀ ਫੈਕਟਰੀ 'ਚ ਸੀਗੇ। ਇਹਨਾਂ ਨੇ ਹੀ ਦੇਖਿਆ, ਇਸ ਮੁੰਡੇ ਨੇ ਦੇਖਿਆ, ਇਹਨੇ ਦੱਸਿਆ ਇਹ ਭੱਜ ਕੇ ਬੂਹੇ ਵੱਲ ਐਂਟਰੀ ਕੀਤੀ ਇਹਨੇ, ਤੇ ਦੂਜੇ ਵੀ ਇਹਦੇ ਮਗਰ ਹੀ ਭੱਜ ਕੇ ਆ ਗਏ। ਇਹਨਾਂ ਦੇ ਉੱਤੇ ਸੈਟਰ ਡਿੱਗ ਗਿਆ, ਤਾਂ ਵਿਚਾਰੇ ਭੱਜ ਭੱਜ ਕੇ ਮਸਾਂ ਰੜ ਕੇ ਵਿੱਚ ਵੜੇ ਆ। ਮਾਹੌਲ ਤਾਂ ਸਾਡੇ ਕੋਲ ਦੇਖਿਆ ਹੀ ਨਹੀਂ ਜਾਂਦਾ ਸੀ, ਪਹਿਲੀ ਵਾਰੀ ਵੇਖਿਆ, ਪਤਾ ਨਹੀਂ ਕੋਈ ਬਿਆਨਕ ਹੀ ਆਇਆ। ਕਿਵੇਂ ਸੱਟ ਕਿਵੇਂ ਲੱਗੀ ਜੀ? ਸੱਟ ਸਾਨੂੰ ਤਾਂ ਇਹ ਲੱਗਦਾ ਜਿੱਦਾਂ ਸਾਡੀ ਸਾਰੀ ਕੋਠੀ ਆ ਗਈ ਥੱਲੇ, ਸ਼ੀਸ਼ੇ ਉੱਡ ਕੇ, ਸ਼ੀਸ਼ੇ ਆ ਵੱਜਣ, ਜਿੱਦਾਂ ਗੋਲੀਆਂ ਨਹੀਂ ਆਉਂਦੀਆਂ ਉੱਦਾਂ ਆ ਕੇ ਸ਼ੀਸ਼ੇ ਵੱਜਣ ਸਾਨੂੰ। ਕਿੰਨੇ ਲੋਕ ਸੀਗੇ ਘਰੇ ਜਦੋਂ ਇਹ ਸਾਰਾ ਹਾਦਸਾ ਵਾਪਰਿਆ? ਲੋਕ ਅਸੀਂ 5 ਜੀ ਘਰੇ ਸੀ ਜੀ। ਦੂਜੇ ਸਾਰਿਆਂ ਨੂੰ ਮੈਂ ਕਮਰਿਆਂ ਵਿੱਚ ਪਜਾਉਂਦੀ ਪਈ, ਤੁਸੀਂ ਆਪੋ ਆਪਦੇ ਕਮਰਿਆਂ ਵਿੱਚ ਬਾਜੋ। ਮੈਂ ਇੱਕ ਲੁੱਬੀ ਵਿੱਚ ਸੀ ਜਦੋਂ ਸ਼ੀਸ਼ੇ ਟੁੱਟੇ ਨੇ, ਸ਼ੀਸ਼ੇ ਆ ਕੇ ਵੱਜੇ ਨੇ ਬਸ। ਕਿੰਨੇ ਲੋਕ ਜਿਹੜੇ ਤੁਹਾਡੇ ਪਰਿਵਾਰ ਦੇ ਜੀ ਪਟੜ ਹੋਏ ਨੇ? 2 ਬਾਹਰ ਗਏ ਹੋਏ ਸੀ, 5 ਜੀ ਅਸੀਂ ਘਰੇ ਸੀ। ਇੱਕ ਗੁੱਡੀਆ ਸਕੂਲ ਗਈ ਹੋਈ ਸੀ, ਉਹ 1 ਸਕਿੰਟ ਹੀ ਪਹਿਲਾਂ ਆ ਕੇ ਵੜੀ ਹੈ ਗੇਟ ਵਿੱਚ, ਮਾਲਕ ਨੇ ਉਹਨੂੰ ਹੱਥ ਦੇ ਕੇ ਰੱਖਿਆ ਹੈ ਬਸ। ਦੂਰੋਂ ਦੇਖਦੇ ਪਏ ਸੀਗੇ ਜਦੋਂ? ਅਸੀਂ ਤਾਂ ਦੇਖਿਆ ਹੀ ਨਹੀਂ ਸੀ, ਅਸੀਂ ਆਵਾਜ਼ਾਂ ਹੀ ਸੁਣੀ ਜਾਂਦੇ ਤੇ ਅਸੀਂ ਕਮਰੇ ਬੰਦ ਕਰੀ ਜਾਂਦੇ ਸੀ। ਆਵਾਜ਼ਾਂ ਬਸ ਆਵਾਜ਼ਾਂ ਇੰਨੀਆਂ ਆਈ ਜਾਂਦੀਆਂ ਸੀ, ਕੋਈ ਆਵਾਜ਼ਾਂ ਸੁਣੀਆਂ ਨਹੀਂ ਜਾਂਦੀਆਂ ਸੀ। ਗੇਟ ਗੁੱਟ ਬੰਦ ਕੀਤੇ, ਕੀ ਗੇਟ ਸੀ, ਸਭ ਸ਼ੀਸ਼ੇ ਗੇਟ ਖੋਲ ਕੇ, ਉਹਦਾ ਇਹ ਲੱਗਦਾ ਸੀ ਜਿੱਦਾਂ ਮੁੱਢੋਂ ਹੀ ਚੱਕ ਕੇ ਕੋਠੀ ਆਪਣੇ ਉੱਪਰ ਹੀ ਆ ਗਈ ਬਸ। ਇੰਨਾ ਹੀ ਮੈਂ ਇੰਨਾ ਹੀ ਕਹੀ ਜਾਂਦੀ ਬਸ, ਆਪਾਂ ਅੱਜ ਨਹੀਂ ਬਚਦੇ ਹਰਮਨ, ਆਪਾਂ ਅੱਜ ਨਹੀਂ ਬਚਦੇ ਬਸ, ਇੰਨਾ ਹੀ ਮੂੰਹ 'ਚ ਨਿਕਲਿਆ ਬਸ ਇੰਨਾ ਹੀ।
ਟਾਈਮ ਲੱਗਿਆ। ਅਸੀਂ ਅੰਦਰ ਬੈਠੇ ਸੀਗੇ ਤੇ ਜਦੋਂ ਹਵਾ ਆਈ ਸਾਰੀ ਤੇਜ ਦੀ, ਉਦੋਂ ਵੇਖ ਕੇ ਇੱਥੇ ਕੰਧਾਂ ਕੋਲੇ ਫੜ ਲਏ। ਫਿਰ ਪੰਜ ਮਿੰਟ ਸਕਿੰਟਾਂ 'ਚ ਹੀ ਟੱਪ ਗਿਆ ਤੇ ਜਦੋਂ ਇੱਟਾਂ ਉੱਟਾਂ ਡਿੱਗਣ ਲੱਗ ਗਿਆ ਉਦੋਂ ਬਾਹਰ ਆ ਗਏ ਅਸੀਂ ਭੱਜ ਕੇ। ਕਿੰਨੇ ਜੀ ਸੀਗੇ? ਅਸੀਂ ਸੀਗੇ ਤਿੰਨ ਬੱਚੇ ਹੈਗੇ ਸਾਡੇ, ਦੋ ਅਸੀਂ ਆਪ ਸੀਗੇ ਦੋ ਜਣੇ, ਤੇ ਮੇਰਾ ਜੇਠ ਸੀਗਾ ਉਹ ਵੀ ਉਹਨੇ ਤੂਤ ਫੜ ਲਿਆ ਤੇ ਤੂਤ ਨਾਲ ਸਾਰੇ ਜ਼ੋਰ ਦਾ ਫੜੀ ਰੱਖਿਆ ਤੇ ਉਹ ਕਮਰਾ ਕੁਮਰੇ ਸਾਰੇ ਡਿੱਗ ਗਏ ਸਾਡੇ। ਹਵਾ ਆਈ ਪਹਿਲਾਂ ਸਾਰੇ ਜ਼ੋਰ ਦੀ, ਜਦੋਂ ਅਸੀਂ ਇੱਥੇ ਬੈਠੇ ਸੀਗੇ ਬੈੱਡ ਤੇ, ਜਦੋਂ ਵੀ ਪਤਾ ਲੱਗਿਆ ਉਹ ਸਾਰੇ ਸੁੱਤਰ ਕੇ ਲਈ ਜਾਂਦਾ, ਉਦੋਂ ਵੇਖਿਆ ਸੀ ਤੇ ਜਦੋਂ ਵੇਖਿਆ ਫੜ ਲਈ ਵੀ ਆਪਦੀ ਬਚਾਅ ਕੀਤਾ ਕਿਵੇਂ ਨਾ ਕਿਵੇਂ। ਤੁਸੀਂ ਵੇਖਿਆ ਸੀਗਾ ਕੀ ਸਮਾਨ ਜਿੱਦਾਂ ਜਦੋਂ ਆਇਆ? ਸਮਾਨ ਇੱਧਰੋਂ ਲਈ ਆਉਂਦਾ ਸੀ ਬੂਟੇ, ਤੇ ਜਿਵੇਂ ਪਤੰਗਾਂ ਚੜ੍ਹਦੀਆਂ ਉਵੇਂ ਬੂਟੇ ਚੜ੍ਹਾ ਦਿੱਤੇ ਉਹਨੇ ਤਾਂ। ਪੰਜ ਮਿੰਟਾਂ ਚ ਆਇਆ ਤੇ ਝਟਕਾ ਹੀ ਇੱਕ ਲੱਗਿਆ, ਇੱਕ ਪਲਾਂ ਚ ਸਾਰਾ ਕੁਛ ਬਖੇਰ ਗਿਆ। ਪਤਾ ਉਹਨੇ ਕਿਹੜਾ ਰੁਕਣਾ ਸੀਗਾ, ਜਿਵੇਂ ਜਿਵੇਂ ਆਈ ਗਿਆ ਉਵੇਂ ਸਾਰਾ ਕੁਛ ਨਾਲ ਹੀ ਲਈ ਗਿਆ। ਕੁਛ ਵੀ ਨਹੀਂ ਸਮਾਨ ਸਾਡਾ ਜਿਹੜਾ ਸਾਰਾ ਪਿਆ ਸੀ ਬਾਹਰ, ਸਾਰਾ ਹੀ ਉੱਡ ਗਿਆ। ਕੀ ਸਮਾਨ ਸੀਗਾ ਜਿਹੜਾ ਉੱਡ ਗਿਆ? ਸਾਡੀ ਇੱਕ ਵਾਸ਼ਿੰਗ ਮਸ਼ੀਨ ਸੀਗੀ, ਸਾਡੇ ਬੱਠਲ ਬਾਲਟੀਆਂ ਜਿਹੜਾ ਵਰਤਣ ਵਾਲਾ ਸਮਾਨ ਸੀਗਾ ਸਾਡਾ ਬਾਹਰ ਹੀ ਸੀਗਾ ਸਾਰਾ ਕੁਛ ਹੀ। ਤੇ ਨੁਕਸਾਨ ਕੀ ਹੋਇਆ ਹੈਗਾ ਜੀ? ਨੁਕਸਾਨ ਹੁਣ ਕੰਧ ਇੱਕ ਤਾਂ ਉੱਧਰ ਹੋ ਗਈ, ਦਰੇੜ ਆ ਗਈ, ਇੱਕ ਇੱਧਰੋਂ ਕੰਧ ਚ ਮੋਰਾ ਨਿਕਲ ਗਿਆ ਤੇ ਨੀ ਨੂੰ ਸਾਰੀ ਹਿੱਲ ਗਈ ਕੰਧ। ਬੱਚਿਆਂ ਨੂੰ ਅਸੀਂ ਆਪਦੇ ਲੈ ਲਿਆ ਬਚਾਅ ਖਾਤਰ, ਕੰਧਾਂ ਕੋਲਾ ਫੜ ਲੈ ਜਾਵਾਂ ਤੇ ਜਦੋਂ ਪਤਾ ਲੱਗ ਗਿਆ ਮਕਾਨ ਵੀ ਹੁਣ ਥੋੜੀ ਥੋੜੀ ਪਤਾ ਲੱਗਣ ਲੱਗ ਗਿਆ ਹੁਣ ਡਿੱਗਦਾ ਹੈਗਾ ਮਕਾਨ, ਉਦੋਂ ਅਸੀਂ ਬਾਹਰ ਆ ਗਏ। ਉਹ ਟੱਪ ਗਿਆ ਬਾਬਰ ਵਾਲਾ ਉਦੋਂ, ਤੇ ਅੱਗੇ ਕੋਈ ਥੱਲੇ ਵੀ ਆਏ ਨੇ ਜੀ? ਹਾਂ ਉੱਧਰ ਆਏ ਹੈਗੇ, 5-6 ਜਣੇ ਆਏ ਹੈਗੇ ਥੱਲੇ, ਉਹ ਬੋਰ ਰਹਿ ਗਿਆ ਸਿਵਲ ਹਸਪਤਾਲ 'ਚ। ਤੁਸੀਂ ਆਪਦੀ ਅੱਖੀ ਵੇਖਿਆ ਸਾਰਾ ਕੁਝ? ਹਾਂ ਆਪਦੀ ਅੱਖੀ ਵੇਖਿਆ ਹੈਗਾ ਸੀ ਸਾਰਾ ਕੁਛ ਹੀ। ਕਦੇ ਵੇਖਿਆ ਸੀ ਜ਼ਿੰਦਗੀ 'ਚ? ਨਹੀਂ ਕਦੇ ਹੀ ਨਹੀਂ ਵੇਖਿਆ ਸੀ ਆਪਦੀ ਜ਼ਿੰਦਗੀ 'ਚ ਇਹੋ ਜਿਹਾ, ਤਾਂ ਕਦੇ ਵੀ ਨਹੀਂ ਵੇਖਿਆ ਸੀ। ਹਨੇਰੀਆਂ ਤੂਫਾਨ ਵੇਖੇ ਜੀ ਅਸੀਂ ਜ਼ਰੂਰ, ਪਰ ਇਸ ਇਹ ਚੀਜ਼ ਸਾਰਾ ਬੱਦਲ ਉੱਤੋਂ ਜਿਹੜਾ ਸੀਗਾ ਨਾ ਮੀਂਹ ਵਾਲਾ, ਸਾਰਾ ਘੁੰਮਣ ਲੱਗ ਗਿਆ ਆਪਦੀ ਜਿਵੇਂ ਪੱਖਾ ਚੱਲਦਾ ਹੈਗਾ ਉਵੇਂ, ਅੱਖੀ ਵੇਖਦੇ ਰਹੇ ਅਸੀਂ ਉੱਪਰ। ਪਹਿਲਾਂ ਬਾਰਿਸ਼ ਆਈ ਸੀਗੀ ਕਿ ਪਹਿਲਾਂ ਤੂਫਾਨ? ਹਾਂ ਪਹਿਲਾਂ ਬਾਰਿਸ਼ ਆਉਂਦੀ ਰਹੀ, ਵਿੱਚ ਗੜੇਮਾਰੀ ਵੀ ਹੁੰਦੀ ਰਹੀ ਤੇ ਜਦੋਂ ਵੀ ਮੀਂਹ ਬੰਦ ਹੋ ਗਿਆ ਉਦੋਂ, ਉਹਦੇ ਬਾਅਦ ਆਇਆ ਮੀਂਹ ਬੰਦ ਹੋ ਗਿਆ ਤੇ ਨਾਲ ਦੀ ਨਾਲ ਉਹ ਆ ਗਿਆ। ਹਵਾ ਤੇਜ਼ ਇੰਨੀ ਸੀਗੀ ਵੀ ਹਵਾ ਦੀ ਤੇਜ਼ ਕਰਕੇ ਅਸੀਂ ਜਿਵੇਂ ਸਾਡੀ ਬੇਰੀ ਹਿੱਲਣ ਲੱਗੀ ਤੇ ਟਾਹਲੀ ਸੀਗੀ ਉਹ ਸਾਰੀ ਬੇਰੀ ਦੇ ਨਾਲ ਲਿਪਟ ਗਈ। ਫਿਰ ਅਸੀਂ ਵੇਖਿਆ ਵੀ ਕੋਈ ਹੋਰ ਚੀਜ਼ ਹੈਗੀ, ਫਿਰ ਅਸੀਂ ਕੰਧਾਂ ਕੋਲੇ ਦੇ ਨਾਲ ਲੱਗ ਗਏ ਵੀ ਕਿਤੇ ਸਾਨੂੰ ਬਾਹਰ ਅਸੀਂ ਹੁੰਦੇ ਤਾਂ ਵੀ ਉੱਡ ਜਾਂਦੀ, ਇੱਥੇ ਬਾਹਰਾਂ ਨਾਲ ਲੱਗ ਕੇ ਫੜ ਲਏ ਬੱਚੇ ਆ ਫੜ ਲਏ ਠੀਕ। ਤੇ ਜਦੋਂ ਕੰਧਾਂ ਕੁੰਧਾਂ ਜਦੋਂ ਪਤਾ ਲੱਗਿਆ ਹੁਣ ਮਕਾਨ ਪਤਾ ਲੱਗ ਹੀ ਗਿਆ ਸਾਨੂੰ, ਧਮਕ ਪੈ ਗਈ ਇੱਕ ਵਾਰੀ ਮਕਾਨ ਦੀ, ਉੱਧਰੋਂ ਡਿੱਗਿਆ ਪਹਿਲਾਂ ਉੱਧਰ ਡਿੱਗਿਆ ਮਕਾਨ, ਫਿਰ ਆ ਛੱਤ ਡਿੱਗੀ ਸਾਡੇ ਕਮਰਾ ਖਿਸਕ ਗਿਆ ਸਾਰਾ ਤੇ ਕੰਧ ਚੋਂ ਮੋਰੀ ਨਿਕਲ ਗਈ ਹੋਈ ਵੱਡੀ, ਤੁਸੀਂ ਵੇਖਦੇ ਪਏ ਹੋ। ਬਰਤਨ ਹੈਗੇ ਵੇਖ ਲਓ, ਬਾਟੀ ਕੋਈ ਥਾਲੀ ਜਾਂ ਪਰਾਤ ਜਾਂ ਪਤੀਲੇ ਬਾਲਟੀਆਂ ਸਾਰੇ ਉੱਲੇ ਸੀਗੇ, ਹਜੇ ਕੁਛ ਨਹੀਂ ਲੱਭਿਆ ਹੈਗਾ, ਮਾੜੇ ਮੋਟੇ ਭਾਂਡੇ ਲੱਭੇ ਨੇ, ਆਹ ਵੀ ਪਏ ਨੇ ਉਵੇਂ ਹੀ ਲਿਬੜੇ ਪਏ ਨੇ ਰੇਤੇ ਦੇ, ਖੇਤਾਂ ਵਿੱਚੋਂ ਲਿਆਂਦੇ ਲੱਭ ਕੇ, ਕੁਛ ਲੱਭ ਕੇ ਕੋਈ ਟਾਈਮ ਨਹੀਂ ਮਿਲਿਆ ਤੁਹਾਨੂੰ, ਬਰਬਾਦ ਹੋ ਗਿਆ। ਪਰਿਵਾਰ ਕੀ ਕਰਦਾ ਜੀ? ਪਰਿਵਾਰ ਦਿਹਾੜੀ ਦੱਪਾ ਮਜ਼ਦੂਰੀ ਕਰਦੇ ਨੇ ਅਸੀਂ, ਨਾ ਕੋਈ ਪੈੜੀ ਨਾ ਕੋਈ ਦੱਪਾ ਨਾ ਕੋਈ ਕੁਛ ਨਹੀਂ। ਕਿਹੜੇ ਪਾਸਿਓ ਆਇਆ ਸੀਗਾ? ਪਾਕਿਸਤਾਨ ਵਾਲੇ ਪਾਸਿਓ ਆਇਆ ਜਾਂ ਨਹੀਂ? ਪਾਕਿਸਤਾਨ ਇੱਧਰੋਂ ਆਇਆ ਮੈਂ, ਲੇਰਵੇ ਗੱਡੀ ਨੇ ਲੈਣ ਉੱਥੋਂ ਹੀ ਕੋਈ ਦੱਸਦੇ ਨੂੰ ਉੱਠਿਆ ਨਾ, ਬਸ ਉੱਥੋਂ ਤੋਂ ਬਸ ਉੱਕਦਾ ਹੀ ਆਇਆ ਜਿਹੜਾ ਕੋਈ ਅੱਗੇ ਆਇਆ, ਬਸ ਤੂਫਾਨ ਹੋ ਗਿਆ ਬਸ। ਤੇ ਪਾਕਿਸਤਾਨ ਕਿੰਨੀ ਕੁ ਦੂਰ ਹੈ ਜੀ ਇੱਥੋਂ? ਪਾਕਿਸਤਾਨ ਹੈਗਾ ਇੱਥੇ ਕੋਈ 2-4 ਕਿਲੋਮੀਟਰ ਹੈਗਾ ਦੂਰ। ਰਾਜਸਥਾਨ ਵੀ ਲੱਗਦਾ ਜੀ? ਹਾਂ ਰਾਜਸਥਾਨ ਵੀ ਲੱਗਦਾ ਜੀ, ਹੱਦ ਤੇ ਹੈਗੇ ਰਾਜਸਥਾਨ ਦੀ ਹੱਦ ਤੇ ਹੈਗੇ ਨੇ ਜੀ, ਸਾਡਾ ਪਿੰਡ ਹੱਦ ਤੇ ਹੈਗਾ ਰਾਜਸਥਾਨ ਤੇ ਪੰਜਾਬ। ਅੱਛਾ ਅੰਮ੍ਰਿਤਸਰ ਫਿਰ ਹੋ ਗਿਆ? ਹਾਂਜੀ ਆ ਜਾਓ ਫਿਰ ਯਾਰ, ਆ ਜਾ ਯਾਰ ਇੱਕ ਨਾ।
सर आपकी तरफ से विजिट की जा रही है, किस डिपार्टमेंट से हो? अच्छा तो क्या चेक कर रहे हो जी इसका? हमारा साइंटिफिकली कैसे बनता है, क्या बनता है उसका हमारा असेसमेंट है। ओके हाँ जी, तो ये भी देखा जा रहा है कि दूसरी बार इस इलाके में आया है कोई, इसको भी चेक किया जा रहा है कि क्या कारण रहे हो? हाँ नहीं, आप अभी कम कर ही रहे हैं, हम तो पहुँचे ही हैं। अच्छा मतलब ये सर्च जारी है? हाँ जी हाँ जी, थैंक यू। लगभग 58 घर है जेरे हुए हैं जी। ਤੇ ਕਿੰਨਾ ਰਕਬਾ ਜਿਹੜਾ ਫਸਲ ਪ੍ਰਭਾਵਿਤ ਹੋਈ ਹੈ? ਉਹ ਅਸੀਂ ਥੋੜੇ ਚਿਰ ਤੀ ਸਾਡਾ ਤਕਰੀਬਨ ਅਸੀਂ ਸਿਰੇ ਤੇ ਪਹੁੰਚ ਹੀ ਗਏ ਆ, ਉਹ ਕੰਮ ਕਰ ਰਹੇ ਸਾਡੇ ਪ੍ਰਵਾਜ ਸਾਹਿਬ। ਅੰਦਾਜ਼ਨ ਕਿੰਨਾ? ਕੋਈ ਨਹੀਂ, ਉਹ ਸਾਰਾ ਅਸੀਂ ਤੁਹਾਨੂੰ ਦੱਸ ਹੀ ਦੇਵਾਂਗੇ। ਅੱਛਾ, ਕਿਉਂਕਿ ਹੁਣ ਅਸੀਂ ਪੂਰਾ ਸਰਵੇ ਪ੍ਰੋਪਰ ਕਰ ਰਹੇ ਹੈਗੇ ਆ, ਉਹਦੇ ਵਿੱਚ ਸਾਡੀ ਟੀਮ ਪੂਰੀ ਬਣੀ ਹੈਗੀ ਆ, ਸਾਡੇ ਪਟਵਾਰੀ ਸਾਹਿਬ ਹੈਗੇ ਆ, ਉਹਦੇ ਵਿੱਚ ਹਾਰਟੀਕਲਚਰ ਵਾਲੇ ਹੈਗੇ ਆ, ਐਗਰੀਕਲਚਰ ਵਾਲੇ ADO ਸਾਹਿਬ ਹੈਗੇ ਆ, ਉਹ ਤਿੰਨੇ ਟੀਮ ਬਣੀ ਹੈਗੀ। ਤਿੰਨ ਟੀਮਾਂ ਕੰਮ ਕਰ ਰਹੀਆਂ? ਦੋ ਟੀਮਾਂ ਕੰਮ ਕਰ ਰਹੀਆਂ, ਇੱਕ ਮਕਾਨਾਂ ਵਾਸਤੇ, ਦੂਜੀ ਫਸਲਾਂ ਵਾਸਤੇ। ਜਿਹੜੇ ਤੁਸੀਂ ਘਰ ਕਹਿ ਰਹੇ ਹੋ 58 ਘਰ, ਇਹ ਘਰ ਡਿੱਗੇ? ਨਹੀਂ 58 ਘਰ ਨਹੀਂ ਹੈਗੇ, ਘਰ ਤਾਂ ਥੋੜ੍ਹੇ ਹੈਗੇ ਆ, 5-7 ਘਰ ਹੈਗੇ ਜਿਹੜੇ ਡਿਮੋਲਿਸ਼ ਹੋਏ, ਜਿਨ੍ਹਾਂ ਦੀਆਂ ਬਾਉਂਡਰੀ ਵਾਲ ਡਿੱਗੀ ਹੈ, ਕਿਸੇ ਦਾ ਮਕਾਨ ਦਾ ਕੁਛ ਪਾਰਟ ਡਿੱਗਿਆ ਹੈਗਾ, ਉਹ ਵੱਖਰੇ ਬਣੇ। ਨੁਕਸਾਨ ਤਾਂ ਨੁਕਸਾਨ ਹੀ ਹੈ ਜੀ, ਕੁਦਰਤ ਦੀ ਜੋ ਕੋਈ ਕਰੋਪੀ ਹੋ ਕਹਿ ਲਓ, ਸਮਝ ਲਓ ਵੀ ਕੁਛ ਵੀ ਹੈਗਾ, ਵੀ ਕੁਦਰਤ ਵੱਲੋਂ ਜੋ ਵੀ ਹੋਇਆ ਹੈਗਾ, ਅਤੇ ਡਰ ਤਾਂ ਹੁੰਦਾ ਹੀ ਆ, ਨੁਕਸਾਨ ਵੀ ਹੈਗਾ ਹੀ ਆ, ਜੋ ਵੀ ਤੁਹਾਡੇ ਸਾਹਮਣੇ ਆ ਸਾਰਾ ਕੁਝ ਜਿੰਨਾ ਵੀ ਹੈ। ਸਰ ਫਸਲਾਂ ਦੀ ਜੇ ਗੱਲ ਕਰੀਏ, ਕਿਹੜੀ ਫਸਲ ਇਸ ਇਲਾਕੇ ਦੇ ਅੰਦਰ ਲੱਗੀ ਹੋਈ ਸੀ ਅਤੇ ਉਹ ਖਰਾਬ ਹੋ ਗਈ ਜਾਂ ਪ੍ਰਭਾਵਿਤ ਹੋਈ ਹੈ? ਫਸਲ ਤਾਂ ਇਸ ਟਾਈਮ ਕਣਕ ਹੈਗੀ ਹੈ ਸਾਡੀ, ਅਤੇ ਕਿਨੂੰ ਦਾ ਬਾਗ ਹੈਗੇ ਕਿਨੂੰ ਦੇ ਜੀ, ਅਤੇ ਜਿੱਥੋਂ ਦੀ ਵੀ ਉਹਨਾਂ ਨੇ ਉਹ ਨਿਕਲਿਆ ਹੈਗਾ, ਅਤੇ ਉੱਥੋਂ ਦੀ ਉਹਨਾਂ ਨੇ ਕਾਫੀ ਉਹਦਾ ਨੁਕਸਾਨ ਕੀਤਾ ਹੈ ਬਾਗਾਂ ਦਾ, ਅਤੇ ਉਹ ਵੀ ਸਾਡੀ ਰਿਪੋਰਟ, ਸਾਡੀ ਅਸੈਸਮੈਂਟ ਸਾਡੀ ਤਿਆਰ ਹੋ ਰਹੀ ਹੈ, ਉਹ ਅਸੀਂ ਤੁਹਾਨੂੰ ਪੂਰੀ ਤਰ੍ਹਾਂ ਡਿਟੇਲ ਦੱਸਦਾਂਗੇ। ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੇ ਕਦਮ ਹੁਣ ਇਸ ਪਿੰਡ ਨੂੰ ਲੈ ਕੇ ਹੈਗੇ ਨੇ ਜੀ? ਪ੍ਰਸ਼ਾਸਨ ਤਾਂ ਪੂਰੀ ਤਰ੍ਹਾਂ ਤਹਿਦ ਆ, ਉਦਣ ਦਾ ਹੀ ਆ, ਅਸੀਂ ਬੈਠੇ ਹੀ ਉਦਣ ਦੇ ਬੈਠੇ ਇੱਥੇ ਹੈਗੇ ਆ, ਲਗਾਤਾਰ ਇਹਨਾਂ ਦੇ ਨਾਲ ਹੈਗੇ ਆ, ਕਿਸੇ ਵੀ ਨਿੱਕੀ ਮੋਟੀ ਦੀ ਕੋਈ ਵੀ ਗੱਲ ਹੁੰਦੀ ਆ, ਲੋੜ ਪੈਂਦੀ ਆ, ਅਸੀਂ ਇਹਨਾਂ ਨਾਲ ਹਰ ਟਾਈਮ ਨਾਲ ਖੜੇ ਹੈ। ਖਾਣੇ ਦਾ ਵੀ ਪ੍ਰਬੰਧ ਇਹਨਾਂ, ਟੈਂਟ ਵੀ ਲੱਗੇ ਲਵਾ ਤੇ ਹੈਗੇ ਆ ਸਾਰਾ, ਬਾਕੀ ਇਹਨਾਂ ਦੀ ਰਿਪੇਅਰ ਦਾ ਵੀ ਕੰਮ ਕੱਲ੍ਹ ਤੋਂ ਸ਼ੁਰੂ ਹੋ ਜਾਣਾ ਹੈਗਾ। ਲੋਕ ਉਹਨਾਂ ਵਿੱਚ 9 ਲੋਕ ਸੀਗੇ, ਜਿਨ੍ਹਾਂ ਵਿੱਚੋਂ ਇੱਕ ਸੀਰੀਅਸ ਸੀ ਜਿਹੜਾ ਫਰੀਦਕੋਟ 'ਚ ਰੈਫਰ ਕਰਤਾ ਸੀ, ਬਾਕੀ ਸਾਰੇ ਆਪਣੇ ਬਹੁਤ ਹੋਸਟੇਬਲ ਹੋਸਪਿਟਲ ਤੱਕ। ਮਤਲਬ ਕਿ ਜ਼ਿੰਦਗੀ ਦੁਬਾਰਾ ਪਟਰੀ 'ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ? ਬਿਲਕੁਲ ਜੀ ਬਿਲਕੁਲ, ਹਾਂਜੀ ਸਾਰਾ ਕੁਝ ਸਰਕਾਰ ਕਰ ਰਹੀ ਹੈ, ਡੀ ਸਾਹਿਬ ਦੇ ਇਹਨਾਂ ਦੇ ਸਖ਼ਤ ਆਰਡਰ ਆ ਵੀ ਇੱਥੇ ਕਿਸੇ ਵੀ ਚੀਜ਼ ਦੇ ਵਿੱਚ ਢਿੱਲ ਨਹੀਂ ਵਰਤਣੀ ਹੈਗੀ, ਹਰ ਚੀਜ਼ ਇਹਨਾਂ ਦੇ ਨਾਲ ਹੋ ਕੇ ਕਿਸੇ ਵੀ ਚੀਜ਼ ਦੀ ਲੋੜ ਹੈ ਤਾਂ ਇਹਨਾਂ ਨੂੰ ਪ੍ਰੋਵਾਈਡ ਕਰਨਾ।